ਇਸ ਵੀਡੀਓ ਚ ਮੋਦੀ ਦੀਆਂ ਕਰਤੂਤਾਂ ਹਰ ਪੰਜਾਬੀ ਦੇ ਫੋਨ 'ਤੇ ਵੀਡੀਓ ਜਾਣੀ ਚਾਹੀਦੀ ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਵੀਡੀਓ ਤੁਹਾਨੂੰ ਦਿਖਾਉਣਾ ਇਸ ਦੀਆਂ ਕਰਤੂਤਾਂ ਜਿਹੜਾ ਕਹਿੰਦਾ ਮੇਡ ਇਨ ਇੰਡੀਆ ਵਰਤੋ ਇਹ ਦੇਖਦੇ ਸਭ ਨੂੰ ਪਤਾ ਇਸ ਨੇ 10 ਲੱਖ ਰੁਪਏ ਦਾ ਕੋਟ ਪਾਇਆ ਸੀ ਜਿਸ ਤੇ ਆਪਣਾ ਨਾਂ ਇਸ ਨੇ ਲਿਖਾਇਆ ਸੀ ਸਭ ਨੂੰ ਪਤਾ ਤੇ ਤੁਹਾਨੂੰ ਦਿਖਾਉਣਾ 60000 ਰੁਪਏ ਦਾ ਇਹ ਮਸ਼ਰੂਮ ਖੰਦਾ ਆ ਤੇ ਇਸ ਦਾ ਇਹ ਕੋਟ 4 ਕਰੋੜ ਰੁਪਏ ਦਾ ਇੱਕ ਭੇਡ ਨੇ ਵੀ ਖਰੀਦਿਆ ਸੀ ਚਲਦੀ ਚਲਦੀ ਸ਼ੇਅਰ ਕਰ ਦਿਓ ਤੁਹਾਨੂੰ ਚੀਜ਼ਾਂ ਦਿਖਾਉਣਾ ਐਦਾਂ ਦੀਆਂ ਮੈਂ ਕਹਿੰਦਾ ਦਿਲ ਖੁਸ਼ ਹੋ ਜਾਣਾ ਪੰਜਾਬੀਓ ਤੇ ਮੋਦੀ ਦੀਆਂ ਸਾਰੀਆਂ ਕਰਤੂਤਾਂ ਜ ਕਰੋੜਾਂ ਦੇ ਪੈਨ ਵਰਤਦਾ ਜੁੱਤੀਆਂ ਵਰਤਦਾ ਐਨਕਾਂ ਵਰਤਦਾ ਘੜੀਆਂ ਮੈਂ ਕਹਿੰਦਾ ਸਾਰਾ ਹੀ ਬਾਇਓ ਡਾਟਾ ਲੈਂਦਾ ਆ ਤੇ ਗੱਲ ਕਰਦੇ ਆ ਸ਼ੁਰੂ ਆ ਲਓ ਜੀ ਕਿੱਥੇ ਰੀਸ ਕਰ ਲੂ ਮਨਮੋਹਨ ਸਿੰਘ ਜੀ ਦੀ ਬਾਈ ਜੀ ਜਿਹੜੇ ਪੜ੍ਹੇ ਹੋ ਲਿਖੇ ਮਨਮੋਹਨ ਸਿੰਘ ਜੀ ਦੀ ਜੇਬ 'ਚ 10 ਰੁਪਏ ਦਾ ਰਨੋਲਡ ਦਾ ਪੈਨ ਨੇ ਆ ਤੇ ਆ ਅਨਪੜ੍ਹ ਬੰਦਾ 1.5 ਲੱਖ ਰੁਪਏ ਦਾ ਮਾਉਂਟ ਬਲੈਕ ਦਾ ਪੈਨ ਵਰਤੋਂ ਕਰਦਾ 1.5 ਲੱਖ ਰੁਪਏ ਦਾ ਭਾਵੇਂ ਸਰਚ ਕਰ ਲਿਓ ਮਾਉਂਟ ਬਲੈਕ ਦਾ ਪੈਨ ਕਿੰਨੇ ਦਾ ਆ ਤੇ ਕਹਿੰਦਾ ਮੇਡ ਇਨ ਇੰਡੀਆ ਚੀਜ਼ਾਂ ਵਰਤੋਂ ਘੜੀ ਵਰਤਦਾ ਸਵਿਟਜ਼ਰਲੈਂਡ ਦੀ ਮਵਾਦੋ ਕੰਪ ਕੰਮੀ ਹੁਣੀ ਸਾਰਾ ਬਾਇਓ ਡਾਟਾ ਹੀ ਦਾ ਕੱਢਿਆ ਤੇ ਜਿਹੜਾ ਇਹਨੇ ਕੋਟ ਪਾਇਆ ਸੀਗਾ ਨਾ ਉਹ ਕਿਦੀ ਨਕਲ ਕੀਤੀ ਸੀ 5 ਸਾਲ ਪਹਿਲਾਂ ਕੋਟ ਬਾਰੇ ਇੱਕ ਇਹਨੇ ਛੜਤਾ ਸੀ ਤੇ ਲੋਕਾਂ ਨੇ ਉਸ ਤਾਨਾ ਸ਼ਾਹ ਨੂੰ ਕਿੱਦਾਂ ਭਜਾਇਆ ਸੀ ਉਹ ਵੀ ਲਿਆਂਦਾ ਤੁਹਾਡੇ ਸਾਹਮਣੇ ਦੇਖੋ ਮਨਮੋਹ ਸਿੰਘ ਜੀ ਦੀ ਜੇਬ ਚ 10 ਰੁਪਏ ਵਾਲਾ ਪੈਨ ਤੇ ਇਹਦੇ ਕੋਲ 1/2 ਲੱਖ ਰੁਪਏ ਦਾ ਆਪਣੇ ਕਿਹੜਾ ਘਰੋਂ ਪੈਸੇ ਲੱਗੇ ਉਹ ਜਨਤਾ ਦੇ ਹੀ ਪੈਸੇ ਆ ਤੇਲ ਦਿਨੋਂ ਦਿਨ ਮਹਿੰਗਾ ਕਰੀ ਜਾਂਦੇ ਆ ਹਾਂਜੀ ਤੇ ਕਰਦੇ ਆ ਸ਼ੁਰੂ ਗੱਲਾਂ ਬਾਤਾਂ ਇਹ ਹੋ ਗਿਆ ਜੀ ਪੈਨ ਤੇਰਾ ਹੋ ਗਿਆ ਜੀ ਇਹਨਾਂ ਐਨਕਾਂ ਇੱਕ ਵਾਰੀ ਸੂਰਜ ਗ੍ਰਹਿਣ ਲੱਗਾ ਸੀ ਸਵਾ ਲੱਖ ਰੁਪਏ ਦੀਆਂ ਐਨਕਾਂ ਇਹਨੇ ਲਾਈਆਂ ਸੀ ਮੇਵਾਚ ਕੰਪਨੀ ਦੀਆਂ ਸਵਾ ਲੱਖ ਰੁਪਏ ਦੀਆਂ ਦੇਖ ਸਕਦੇ ਆ ਸਵਾ ਲੱਖ ਰੁਪਏ ਦੀਆਂ 2200 ਅਮਰੀਕਨ ਡਾਲਰ 2200 2500 ਅਮਰੀਕਨ ਡਾਲਰ ਸਵਾ ਲੱਖ ਰੁਪਏ ਦੀਆਂ ਐਨਕਾਂ ਦੇਖ ਲਓ ਜੀ ਹਮ ਤੋ ਫਕੀਰ ਹੈ ਚੂਲਾ ਉਠਾ ਕੇ ਚੱਲ ਪੜਾਂਗੇ ਚੱਲ ਪੜਾਂਗੇ ਚੱਲ ਪੜਾਂਗੇ ਘੜੀ ਲਾਉਂਦਾ ਜੀ ਇਹ ਮਵਾਦੋ ਕੰਪਨੀ ਛੋਟੀ ਜਰ ਲੈਂਡ ਦੀ ਉਹ ਵੀ ਲੱਖਾਂ ਰੁਪਏ ਦੀ ਆ ਦੇਖ ਲਓ ਜੀ ਕਿਦਾਂ ਸ਼ੌਂਕ ਨਾਲ ਦਿਖਾਉਂਦਾ ਜੀ ਸ਼ਾਹੀ ਸ਼ੌਂਕ ਹੈ ਰਾਜਿਆਂ ਵਾਲੇ ਮਵਾਦੋ ਕੰਪਨੀ ਤੁਸੀਂ ਆਪ ਵੀ ਸਰਚ ਕਰ ਲਿਓ ਕਿੱਥੇ ਦੀ ਆ ਛੋਟੀ ਜਰ ਲੈਂਡ ਦੀ ਥੋੜਾ ਜਿਹਾ ਕੋਲੋਂ ਦਿਖਾ ਦਿੰਨੇ ਆ ਤੁਹਾਨੂੰ ਇਹ ਦੇਖੋ ਜੀ ਐਮਓਵੀਏਡੀਓ ਘੜੀ ਦੀ ਸਵਾ ਲੱਖ ਤੋਂ ਵੀ ਮਤਲਬ ਲੱਖਾਂ ਰੁਪਏ ਚ ਸਵਾ ਲੱਖ ਨਹੀਂ ਲੱਖਾਂ ਰੁਪਏ ਤੋਂ ਵੀ ਮਹਿੰਗੀ ਤੇ ਬਾਈ ਜੀ ਖੰਦਾ ਦੇਖੋ ਤੇ ਪਹਿਲਾਂ ਬਾਈ ਜੀ ਇਸ ਚ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਝੂਠ ਹੀ ਆ ਪਰ ਜਦੋਂ ਦੇਖਿਆ ਤੇ ਗੋਦੀ মিডিਆ ਨੇ ਤਾਂ ਤਾਰੀਫਾਂ ਆਪ ਕੀਤੀਆਂ ਆ ਤਾਈਵਾਨ ਕੇ ਮਸ਼ਰੂਮ ਨੇ ਬੜਾਈ ਮੋਦੀ ਕੇ ਚਿਹਰੇ ਕੀ ਰੰਗਤ ਬਾਈ ਜੀ ਮਸ਼ਰੂਮ ਪਤਾ ਕਿੰਨੇ ਕਰੋੜ ਰੁਪਏ ਦਾ ਖਾਂਦਾ ਆਪੋ ਹੀ ਗੱਲ ਇੱਥੇ ਕਹਿੰਦਾ ਆ ਪਾਪੇ ਦੇ ਪੈਸੇ ਲੱਗੇ ਲੋਕਾਂ ਦੇ ਪੈਸੇ ਟੈਕਸ ਦੇ ਪੈਸੇ ਆ ਤੇ ਮਸ਼ਰੂਮ ਦਾ ਤੁਹਾਨੂੰ ਰੇਟ ਦਿਖਾਉਣਾ ਜਿਹੜਾ ਮਸ਼ਰੂਮ ਖਾਂਦਾ ਆ ਲਓ ਜੀ ਤੇ ਚੱਕੋ ਜੀ ਸਬਜੀ ਖਾਂਦੇ ਆ ਕਹਿੰਦੇ ਮਸ਼ਰੂਮ ਪੰਜ ਦਿਨ ਚ ਪੰਜ ਵਾਰੀ ਇਹ ਮਸ਼ਰੂਮ ਖਾਂਦਾ 80000 ਰੁਪਏ ਦਾ ਇੱਕ ਪੀਸ ਆ ਮਸ਼ਰੂਮ ਦਾ ਜਿਹੜਾ ਖਾਂਦਾ 80000 ਰੁਪਏ ਦਾ ਇੱਕ ਪੀਸ ਆ ਤਾਈਵਾਨ ਤੋਂ ਸਪੈਸ਼ਲੀ ਮੰਗਾਉਣਾ ਪੈਂਦਾ ਇੰਡੀਆ ਚ ਨਹੀਂ ਮਿਲਦਾ ਇਹ ਵਾਲਾ ਮਸ਼ਰੂਮ ਉਸ ਨਾਲ ਚਿਹਰੇ ਦੀ ਰੰਗਤ ਗੋਰੀ ਹੁੰਦੀ ਆ ਫਕੀਰ ਸਾਹਿਬ ਦੀ ਬਾਈ ਜੀ 80000 ਰੁਪਏ ਦੇਖ ਲਓ ਕਿੰਨਾ ਹੁੰਦਾ ਆ 80000 ਰੁਪਈਆ ਉਹਦੀਆਂ ਗੱਡੀਆਂ ਵੀ ਦਿਖਾਉਣੇ ਆ ਤੇ ਹੋਰ ਸਾਰਾ ਹੀ ਕੁਝ ਪੀਐਮ ਮੋਦੀ ਈਟਸ ਮਸ਼ਰੂਮ ਵਰਤ ਸਰਪੇ 1.2 ਕਰੋੜ ਐਵਰੀ ਮੰਥ ਸਵਾ ਕਰੋੜ ਰੁਪਏ ਦਾ ਮਸ਼ਰੂਮ ਹੀ ਖਾ ਜਾਂਦਾ ਦੇਖ ਲਓ ਇਹ ਆ ਜੀ ਗਰੀਬ ਇਹ ਆ ਫਕੀਰ ਝੋਲਾ ਉਠਾ ਕੇ ਜਾਣੇ ਵਾਲਾ ਲੋਕਾਂ ਦਾ ਪੈਸਾ ਆ ਪੂਰੇ ਨਜ਼ਾਰੇ ਲੁੱਟਦਾ ਆ ਅੰਨੇ ਭਗਤਾਂ ਦੇ ਸਿਰ ਤੇ ਤੇ ਹੋਰ ਦਿਖਾਉਨੇ ਆ ਗੱਡੀਆਂ ਗੱਡੀਆਂ ਵੀ ਦਿਖਾਉਨੇ ਆ ਉਹ ਵੀ ਦਿਖਾਉਨੇ ਆ ਗੱਡੀਆਂ ਸਾਰੇ ਕੁਝ ਬਾਈ ਦੀ A ਤੋਂ Z ਦਿਖਾਵਾਂਗੇ ਤੇ ਗੱਡੀਆਂ ਰੇਂਜ ਰੋਵਰ BMW ਲੋਕਾਂ ਨੂੰ ਕਹਿੰਦਾ ਮੇਕ ਇਨ ਇੰਡੀਆ ਵਰਤੋ ਮੇਡ ਇਨ ਇੰਡੀਆ ਵਰਤੋ ਰੇਂਜ ਰੋਵਰ ਤੋਂ ਘੱਟ ਗੱਲ ਨਹੀਂ ਕਰਦਾ ਬੱਲੇ ਤੁਹਾਡੇ ਦੇਖੋ ਰੇਂਜ ਰੋਵਰ ਵੀ ਟੌਪ ਦੇ ਮਾਡਲ ਟੌਪ ਦੇ ਆਹ ਦੇਖ ਲਓ ਆ ਜਾਂਦਾ ਤੁਰਿਆ ਉੱਤਰ ਕੇ ਰੇਂਜ ਰੋਵਰ ਚੋਂ ਹੈਂ ਖਿਉਣੀ ਸੀ ਇਹਨੂੰ ساری ਉਮਰ ਰੇਂਜ ਰੋਵਰ ਅੰਧਪਗਤਾਂ ਨੂੰ ਸਦਾਈ ਬਣਾ ਕੇ ਰੇਂਜ ਰੋਵਰ ਦੇ ਝੂਟੇ ਲੈਂਦਾ ਤੇ ਸਪੈਸ਼ਲੀ ਜਿਹੜੀ ਇਹਦੀ ਮੇਨ ਜੀਚੇ ਹੈ ਮੋਸਟਲੀ ਰਹਿੰਦਾ ਆ ਵਾਈਪੀਐਮ ਨਰਿੰਦਰ ਮੋਦੀ ਯੂਸ ਬੀਐਮਡਬਲਯੂ 7 ਸੀਰੀਜ਼ ਦੀ ਆ ਇਹ ਅਫੀਸ਼ੀਅਲ ਵੀਕਲ ਜਿਹੜਾ ਇਹਦਾ ਬੀਐਮਡਬਲਯੂ 7 ਸੀਰੀਜ਼ ਦੱਸੋ ਇਹਨਾਂ ਚ ਕਿਹੜਾ ਮੇਕ ਇਨ ਇੰਡੀਆ ਆ ਕਿਹੜੀ ਚੀਜ਼ ਇੰਡੀਆ 'ਚ ਤਿਆਰ ਹੁੰਦੀ ਬੀਐਮਡਬਲਯੂ ਜਰਮਨ ਦੀ ਆ ਰੇਂਜ ਰੋਵਰ ਕਿੱਥੇ ਦੀ ਆ ਖਰੀਦੀਓ ਚਲੋ ਬਾਅਦ 'ਚ ਕੀ ਨੇ ਆ ਤਿਆਰ ਕਿੱਥੇ ਹੁੰਨੀਆਂ ਹਾਂਜੀ ਘੜੀ ਮਵਾਦੋ ਉਸ ਵੀਡੀਓ ਦਾ ਲੈਣ ਜਿਹੜੇ ਐਨਕਾਂ ਕਿਹੜੇ ਦੇਸ਼ ਦੀਆਂ ਤੇ ਸੱਚ ਜਿਹੜਾ ਕੋਟ 10 ਲੱਖ ਦਾ ਤਿਆਰ ਕੀਤਾ ਸੀ ਉਹ ਵੀ ਦਿਖਾਉਣੇ ਬਾਈ ਜੀ ਆਹ ਗੱਡੀ 'ਚ ਝੂਟੇ ਲੈਂਦਾ ਇਹ ਕੋਈ ਆਮ ਗੱਡੀ ਨਹੀਂ ਤੇ ਹੋਰ ਦਿਖਾਉਣੇ ਆ ਤੁਹਾਨੂੰ ਇਸ ਸਪੈਸ਼ਲ ਤੇਦੀ ਸਕਿਉਰਟੀ ਸਕਿਉਰਟੀ ਬਾਈ ਜੀ ਮੈਂ ਕਹਿੰਨਾ ਗੱਲਾਂ ਹੀ ਛੱਡੋ ਤੁਸੀਂ ਇੱਕ ਦਿਨ ਦਾ ਸਵਾ ਕਰੋੜ ਰੁਪਈਆ ਹਾਂਜੀ 1.62 ਕਰੋੜ ਰੁਪਈਆ ਉਹ ਵੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਵਾਲੇ ਸਾਰੀ ਸਕਿਉਰਟੀ ਦਾ ਨਹੀਂ 1.62 ਕਰੋੜ ਰੁਪਈਆ ਇਹ ਡੇ ਇੱਕ ਦਿਨ ਦਾ 1 ਕਰੋੜ 62 ਲੱਖ ਰੁਪਈਆ ਮੋਦੀ ਦੀ ਸਕਿਉਰਟੀ ਹੈ ਕੱਲੀ ਐਸਪੀਜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ ਪੂਰੀ ਟੋਟਲ ਸਕਿਉਰਟੀ ਦਾ ਨਹੀਂ ਕੱਲੀ ਐਸਪੀਜੀ ਦਾ 1 ਕਰੋੜ 62 ਲੱਖ ਰੁਪਈਆ ਇੱਕ ਦਿਨ ਦਾ ਹਾਂਜੀ ਸਹੀ ਸੁਣਿਆ ਤੁਸੀਂ ਇੱਕ ਦਿਨ ਦਾ ਖਰਚਾ ਆ ਪੱਲਿਓ ਨਹੀਂ ਜਾਣੇ ਬਾਈ ਭੰਵੇਂ 100 ਲੱਖ ਤੇ ਤੁਹਾਨੂੰ ਦਿਖਾਉਣਾ ਬਾਈ ਨੇ ਕਿਹੜੇ ਤਾਨਾ ਸ਼ਾਦੀ ਨਕਲ ਕਰਕੇ ਕੋਟ ਤਿਆਰ ਕੀਤਾ ਸੀ ਤੇ ਕੋਟ ਤਿਆਰ ਕਿੱਥੋਂ ਕਰਾਇਆ ਸੀ ਉਹ ਵੀ ਸਾਰਾ ਹੀ ਦਿਖਾਉਣਾ ਤੇ ਸਾਰੀ ਦੁਨੀਆ 'ਚ ਥੂ ਥੂ ਵੀ ਕਰਾਈ ਸੀ ਬੀਬੀਸੀ ਵਾਲੇ ਵੀ ਕਹਿੰਦੇ ਸੀ ਇੰਡੀਅਨ ਪੀਐਮ ਨਰਿੰਦਰ ਮੋਦੀ ਸੂਟ 1 ਮਿਲੀਅਨ ਰੁਪਏ 10 ਲੱਖ ਰੁਪਏ ਦਾ ਸੂਟ ਕ੍ਰਿਟਿਸਾਈਜ਼ ਬਾਈ ਥਾ ਥਾ ਥੋਥੋ ਕਰਾਈ ਆ ਦੇਖੋ ਬੀਬੀਸੀ ਨੇ ਵੀ ਐਨ ਫਰੰਟ ਪੇਜ ਤੇ ਖਬਰ ਛਾਪੀ ਸੀ ਜਦੋਂ ਇਹ عوامੇ ਨੂੰ ਮਿਲਿਆ ਸੀ ਆਪਣੇ ਸਾਰੇ ਕੋਰਟ ਤੇ ਨਰਿੰਦਰ ਦਮੋਦਰ ਦਾਸ ਮੋਦੀ ਲਿਖਾਇਆ ਸੀ ਤੇ ਕਿੱਥੋਂ ਬਣਵਾਇਆ ਉਹ ਵੀ ਦਿਖਾਉਣ ਨਕਲ ਪਹਿਲਾਂ ਤੁਹਾਨੂੰ ਦੱਸਦਾ ਕੀ ਦੀ ਕੀਤੀ ਆ ਬਾਈ ਜੀ ਇੱਥੇ ਵੱਡੇ ਵੱਡੇ ਨਹੀਂ ਰਹੇ ਮੋਦੀਆ ਭੁੱਲ ਜਾਦੂ ਭੁੱਲ ਜਾ ਨਕਲ ਕੀਤੀ ਸੀ ਇਹਦੀ ਇਹ ਬੰਦੇ ਨੇ 5 ਸਾਲ ਪਹਿਲਾਂ ਕੋਰਟ ਪਾ ਕੇ ਛੜਤਾ ਸੀ ਇਹ ਹੈਗਾ ਜੀ ਹਸਨ ਮੁਬਾਰਕ ਅਜੀਬਤਦਾ ਸੀ ਸਨ 81 ਤੋਂ ਲੈ ਕੇ 2011 ਜਦੋਂ ਤੱਕ ਅਰਬ ਸਪ੍ਰਿੰਗ ਨਹੀਂ ਆਇਆ 10-15 ਮੁਲਕਾਂ ਦੇ ਤਖਤੇ ਨਹੀਂ ਪਲਟੇ ਗਏ ਉਦੋਂ ਤੱਕ 30 ਸਾਲ ਇਸਨੇ ਆਪਣੇ ਦੇਸ਼ ਤੇ ਰਾਜ ਕੀਤਾ ਇਹਦੀਆਂ ਨਕਲਾਂ ਕਰਦਾ ਮੋਦੀ ਇਹਨੇ ਕੋਟ ਪਾਇਆ ਸੀ ਸਭ ਤੋਂ ਪਹਿਲਾਂ ਆਪਣੇ ਨਾਂ ਵਾਲਾ ਸਾਰੇ ਸਰੀਰ ਦੇ ਉੱਤੇ ਸੋਏ ਸੀਗਾ ਇੱਕ ਕਿਸਮ ਦਾ ਤਾਨਾਸ਼ਾ ਪ੍ਰੈਜ਼ੀਡੈਂਸੀ ਮصر ਦਾ ਜਿੱਥੇ ਗੇ ਪਰਾਮਿਡ ਆ ਅਜਿਬਤ ਦਾ 2011 ਚ ਲੋਕਾਂ ਨੇ ਭਜਾਇਆ ਸੀ ਇੱਦਾਂ ਹੀ ਮੋਦੀ ਨੂੰ ਭਜਾਉਣਾ ਕਿਸੇ ਦਿਨ ਅਜੇ ਲੋਕ ਜਾਗੇ ਨਹੀਂਗੇ ਅਤੇ ਅਜੇ ਸਬਰ ਦਾ ਬੰਨ ਟੁੱਟਾ ਨਹੀਂ ਦੇਖੋ ਮੋਦੀ ਨੇ ਤਾਂ 2015-16 ਚ ਵਾਇਦਾ 2011 ਚ ਪਾ ਕੇ ਛੜਤਾ ਸੀ ਇਹਨੇ ਹਾਓ ਮੁਬਾਰਕ ਹੈਜ਼ ਹਿਸ ਨੇਮ ਸਟ੍ਰੀਟਸ ਇਨਟੂ ਦਾ ਪਿੰਟ ਸਟ੍ਰੈਪਸ ਆਫ ਦਾ ਸੂਟ ਵਾਟ ਡਿਡ ਦਾ ਟੇਲਰ ਸਪੈਲ ਰੋਂਗ ਇਹਦਾ ਗਲਤ ਨਾਂ ਲਿਖਤਾ ਸੀ ਥੋੜਾ 2011 ਚ ਇਹਨੇ ਪਾਇਆ ਸੀ ਫਿਰ ਫਿਰ ਯਾਦਗਾਰਦ ਮਾ 30 ਹਾਲ ਤੱਕ ਕਿਸ ਨੇ ਰਾਜ ਕੀਤਾ ਅਜੀਬਤ ਤੇ ੱੱਕੇ ਨਾਲ ੱੱਕੇ ਨਾਲ 2011 ਚ ਲੋਕਾਂ ਨੇ ਮੋਰੇ ਮੋਰੇ ਭਜਾਇਆ ਸੀ ਤੇ ਦੇਸ਼ ਤੋਂ ਭੱਜਿਆ ਸੀਗਾ ਇਹੀ ਹਾਲ ਇੰਡੀਆ ਜਿਹਾ ਤੁਹਾਨੂੰ ਲਿਖ ਕੇ ਲੈ ਲਵੋ ਮੇਰੇ ਤੋਂ ਸੋ ਈ ਦੀ ਨਕਲ ਕੀਤੀ ਤਾਨਾ ਸ਼ਾਹ ਦੀ ਪੂਰੇ ਤਾਨਾ ਸ਼ਾਹਾਂ ਦੀਆਂ ਨਕਲਾਂ ਕਰਦਾ ਆ ਦੇਖ ਲਓ 2011 ਜਿਸਨੇ ਕੋਟਪੇ ਤੇ ਮੋਦੀ ਦਾ ਕੋਟ ਤਿਆਰ ਕਿੱਥੋਂ ਆਇਆ ਸੀ 10 ਲੱਖ ਰੁਪਏ ਦਾ ਬਾਈ ਜੀ ਟੇਲਰ ਦਾ ਨਾਂ ਵੀ ਕੱਢ ਲੈਂਦਾ ਤੇ ਸੂਟ ਦਾ ਜਿਹੜਾ ਕੱਪੜਾ ਸੀ ਉਹ ਵੀ ਲੈਂਦਾ ਮੋਦੀ ਦਾ ਸੂਟ ਸੀਗਾ ਫੈਬਰਿਕ ਕੱਪੜਾ ਕਿਹਦਾ ਸੀ ਹਾਲੈਂਡ ਐਂਡ ਸ਼ੈਰੀ ਕੰਪਨੀ ਸਰਚ ਕਰ ਲਿਓ ਕਿੰਨਾ ਮਹਿੰਗਾ ਇਹਨਾਂ ਦਾ ਕੱਪੜਾ 1 ਮੀਟਰ ਕੱਪੜਾ ਆਉਂਦਾ ਕਿੰਨੇ ਦਾ ਹਾਲੈਂਡ ਐਂਡ ਸ਼ੈਰੀ ਕੰਪਨੀ ਆ इंग्लैंड ਦੀ मेड इन इंडिया ਵਰਤੋ ਭਾਈਓਰ ਬਹਿਣੋ मेड इन इंडिया ਵਰਤੋ ਲੋਕਾਂ ਨੂੰ ਸਦਾ ਹੀ ਬਣਾਈ ਜਾਓ ਆਪ ਦੁਨੀਆ ਭਰ ਦੇ ਬ੍ਰੈਂਡਾਂ ਨਾਲ ਨਜ਼ਾਰੇ ਪਾਈ ਜਾਓ ਟੇਲਰ ਸਿਗਾ ਟਾਮ ਜੇਮਸ ਤੇ ਸੋਨਾ ਲੱਗਿਆ ਸੀ ਕੋਟ ਤੇ ਸੋਨਾ 10000 ਪਾਉਂਡ ਦਾ ਉਹੀ 10 ਲੱਖ ਰੁਪਏ 10 ਲੱਖ ਰੁਪਏ ਦਾ ਕੋਟ ਪਾਇਆ ਸੀਗਾ ਬਾਮੇ ਨੂੰ ਮਿਲਣ ਲਈ ਦੇਖ ਲਓ ਬਾਈ ਜੀ ਜੇ ਕੋਈ ਕਹਿ ਦਵੇ ਪੀ ਆਹ ਬਾਈ ਕੱਲ ਝੂਠਿਆ ਜਾ ਕੋਈ ਕਹਿ ਦਵੇ ਪੀ ਨਾ ਜੋ ਸਾਰੀਆਂ ਗੱਲਾਂ ਚ ਇੱਕ ਵੀ ਗੱਲ ਝੂਠੀ ਆ ਫਕੀਰ ਦੀ ਮੈਂ ਫਕੀਰ ਤੋਂ ਹਮ ਤੋਂ ਫਕੀਰ ਹੈ ਤੇ ਆ ਲੋ ਗੱਡੀਆਂ ਲਿਸਟ ਦੇਖੋ ਕਿਹੜੇ ਟੌਪ ਦੇ ਮਾਡਲ ਵਰਤਦਾ ਰੇਂਜ ਰੋਵਰ ਐਚ ਐਸ ਸੀ ਰੇਂਜ ਰੋਵਰ ਐਚ ਐਸ ਸੀ ਸਰਚ ਕਰ ਲਿਓ ਕੀ ਆ ਬੀ ਐਮ ਡਬਲ 7 ਸੀਰੀਜ਼ ਸਰਚ ਕਰ ਲਿਓ ਹੈ ਤੇ ਹਾਈ ਸਕਿਉਰਟੀ ਐਡੀਸ਼ਨ ਟੋਇਓਟਾ ਲੈਂਡ ਕਰੂਜ਼ਰ ਸਰਚ ਕਰ ਲਿਓ ਤੇ ਮੋਰ ਇਹਨਾਂ ਚੋਂ ਭਾਰਤੀ ਬ੍ਰਾਂਡ ਕਿਹੜਾ ਆ ਲੋਕਾਂ ਨੂੰ ਗਈ ਚਲੋ ਮੇਡ ਇਨ ਇੰਡੀਆ ਅਖੇ ਜੀ ਇੰਡੀਆ ਦੀਆਂ ਤੁਸੀਂ ਲੋਕਾਂ ਨੂੰ ਮੇਡ ਇਨ ਇੰਡੀਆ ਆਪ ਬਾਰਲੀਆਂ ਕੰਪਨੀਆਂ ਦੇ ਨਜ਼ਾਰੇ ਤੇ ਹੋਰ ਦਿਖਾਉਣਾ ਤੁਹਾਨੂੰ ਇੱਥੇ ਫੋਟੋਆਂ ਰਹਿ ਗਈਆਂ ਤੇ ਬਾਈ ਪਲੇਨ ਉਹ ਪਲੇਨ ਹੀ ਦੇ ਆ ਸੱਚ ਆ ਇਹਨੇ ਕੱਲੇ ਹੀ ਗਿਆ ਪੀਐਮ ਮੋਦੀ ਕੱਲ ਲਾਈਵ ਆਇਆ ਸੀ ਨਾ 100 ਕਰੋੜ ਟੀਕਾ ਲੱਗਿਆ ਉਹ ਵੀ ਕਿੱਥੇ ਲੱਗਿਆ ਉਹ ਵੀ ਝੂਠ ਕਹਿੰਦਾ ਲੋਕਾਂ ਨੂੰ ਬਿਨਾ ਪੈਸਿਆਂ ਦੇ ਟੀਕੇ ਲਾਏਗਾ ਕਰੋਨਾ ਦੇ ਬਾਈ ਜੀ ਸਾਰੇ ਕਹਿੰਦੇ ਬਾਈ ਜੀ 750 ਰੁਪਈਆ ਐਨੇ ਪੈਸੇ ਦੋਈ ਵਾਰ ਪੈਸੇ ਲੱਗੇ ਸਾਰਿਆਂ ਨੇ ਜਿਨੀ ਵੀ ਵੈਕਸੀਨ ਲਵਾਈ ਪੀਐਮ ਮੋਦੀ ਸਪੀਚ ਹਾਈਲਾਈਟਸ ਕੱਲ ਦੀ ਸਪੀਚ ਕੱਲ ਆਇਆ ਸੀ ਲਾਈਵ ਕਹਿੰਦਾ मेड इन इंडिया मेड इन इंडिया मेड इन इंडिया ਤੇ ਆਪ 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 ਦੱਸੋ ਕਿਹੜੀ ਚੀਜ਼ मेड इन इंडिया ਸੀ ਬੱਲੇ ਉਹ ਤੁਹਾਡੇ ਭਗਤੋ ਬੱਲੇ ਉਹ ਤੁਹਾਡੇ ਭਗਤੋ ਤੇ ਹੋਰ ਹੋਰ ਤਸਵੀਰ ਦਿਖਾਉਣਾ ਤੁਹਾਨੂੰ ਤੇ ਲੱਗਦਾ ਮੁੱਕ ਗਈਆਂ ਤਸਵੀਰਾਂ ਤਾਂ ਹੋਰ ਬਹੁਤ ਸੀਗੀਆਂ ਚਲੋ ਕੋਈ ਨਹੀਂ ਪਾਰਟ 2 ਵੀ ਕਰ ਦਾਂਗੇ ਏਡੀ ਕਿਹੜੀ ਗੱਲ ਆ ਤੇ ਦੇਖ ਲਓ ताइवान ਕੇ ਮਸ਼ਰੂਮ ਨੇ ਬੜਾਈ મોદી ਕੇ ਚਿਹਰੇ ਕੀ ਰੰਗਤ ਕਰੋੜਾ ਰੁਪਏ ਦਾ ਮਸ਼ਰੂਮ ਖਾਂਦਾ ਪੈਸੇ ਘਰ ਦੇ ਨਿਗੇ ਤੇ ਹੁਣ ਹਰ ਇੱਕ ਹਰ ਇੱਕ ਪੰਜਾਬੀ ਦੇ ਫੋਨ 'ਚ ਵੀਡੀਓ ਜਾਣੀ ਚਾਹੀਦੀ ਆ ਇਦਾਂ ਦੀਆਂ